ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਦੇ ਲੋਕ ਸਰੀਰਕ ਤੰਦਰੁਸਤੀ ਪੱਖੋਂ ਜਾਗਰੂਕ ਹੋ ਰਹੇ ਨੇ। ਇਹੀ ਕਾਰਨ ਹੈ ਕਿ ਸੂਬੇ ਦੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮ ਦੀ ਯੋਗਸ਼ਾਲਾ ਜਨ ਮੁਹਿੰਮ ਬਣ ਗਈ ਹੈ। ਇਸ ਮੁਹਿੰਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ 'ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ, ਜਿਸ ਦੇ ਵਿੱਚ ਰੋਜ਼ਾਨਾ 80,000 ਤੋਂ ਵੱਧ ਲੋਕ ਯੋਗਾ ਕਰ ਰਹੇ ਨੇ। ਇੱਕ ਮਿਸ ਕਾਲ ਮਾਰਨੀ ਹੈ ਤੁਸੀਂ, ਅਸੀਂ ਤੁਹਾਡੇ ਕੋਲ ਯੋਗਾ ਦਾ ਟੀਚਰ ਭੇਜਾਂਗੇ, ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਤੋਂ ਹੋਊਗਾ ਕੋਈ ਨਾ ਕੋਈ, ਔਰ ਅਸੀਂ ਫ੍ਰੀ ਦੇ ਵਿੱਚ ਉਹ ਭੇਜਾਂਗੇ, ਅਤੇ ਤੁਸੀਂ 1-2 ਮਹੀਨੇ 'ਚ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਇਸ ਸਮੇਂ ਦੀ ਲੋੜ ਹੈ ਕਿ ਨਾ ਸਿਰਫ ਚੰਗੀ ਸਿਹਤ ਬਣਾਈ ਜਾਵੇ ਸਗੋਂ ਉਹਨਾਂ ਲੋਕਾਂ ਨੂੰ ਤਣਾਅ ਤੋਂ ਵੀ ਦੂਰ ਕੀਤਾ ਜਾਵੇ ਜਿਨ੍ਹਾਂ ਨੂੰ ਆਪਣੇ ਜੀਵਨ 'ਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੇਰਾ ਨਾਮ ਕਮਲਜੀਤ ਸਿੰਘ ਹੈ। ਅਸੀਂ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮ ਦੀ ਯੋਗਸ਼ਾਲਾ ਸ਼ੁਰੂ ਕੀਤੀ ਹੈ, ਜਿਹਦੇ ਨਾਲ ਅਸੀਂ ਮਨ ਤਨ ਸਾਰਾ ਸਵਸਥ ਰਹਿੰਦਾ। ਅਜਿਹੇ 'ਚ ਮੁਫ਼ਤ ਸੀਐਮ ਦੀ ਯੋਗਸ਼ਾਲਾ ਲੋਕਾਂ ਲਈ ਕਾਰਗਰ ਸਾਬਿਤ ਹੋ ਰਹੀ ਹੈ। ਜੋ ਸੀਸੀਟੀਵੀ ਫੁਟੇਜ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਉਹ ਇਸ ਇੱਥੋਂ ਦੀਆਂ ਹੈ। ਜਦੋਂ ਤੇਂਦੂਆ ਇਸ ਕੰਧ ਤੇ ਛਾਲ ਮਾਰਦਾ ਹੈ ਉਸ ਤੋਂ ਬਾਅਦ ਤੇਂਦੂਆ ਉਸ ਪਾਸੇ ਚਲਾ ਜਾਂਦਾ ਹੈ। ਸੋ ਜਾਣਕਾਰੀ ਦੇਣ ਲਈ ਸਰੋਜ ਜੀ ਸਾਡੇ ਨਾਲ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਨੂੰ ਕਿਵੇਂ ਪਤਾ ਲੱਗਾ ਕਿ ਤੇਂਦੂਆ ਇਹਨਾਂ ਦੇ ਘਰ ਆਇਆ। ਹਾਂਜੀ ਸਰ, ਸਾਨੂੰ ਇਸ ਤਰ੍ਹਾਂ ਪਤਾ ਲੱਗਿਆ ਤੇਂਦੂਆ ਦਾ ਕਿ ਤੇਂਦੂਆ ਸਾਡੇ ਘਰ ਆਇਆ। ਐਕਚੁਅਲੀ ਇਹ ਕਿਰਾਏਦਾਰ ਰਹਿੰਦੇ ਆ, ਸੀੜੀਆਂ 'ਚ ਬੈਠੇ ਸੀ, ਇਹ 12:30 ਤੋਂ ਪੌਣੇ 1 ਫੋਨ ਸੁਣਦੇ ਪਏ ਸੀ। ਅਕਸਰ ਇਹ ਵਿਚਾਰੇ ਮੁੰਡੇ ਬਾਹਰ ਘੁੰਮਦੇ ਫਿਰਦੇ ਰਹਿੰਦੇ ਆ, ਤੇ ਇਹਨਾਂ ਨੇ ਫਿਰ ਸ਼ੋਰ ਮਚਾਇਆ ਕਿ ਤੇਂਦੂਆ ਤੁਹਾਡੇ ਅੰਦਰ ਚਲੇ ਗਿਆ। ਅਸੀਂ ਸੋਚਿਆ ਵੀ ਐਵੇਂ ਹੀ ਆ ਸ਼ੋਰ ਮਚਾਉਂਦੇ ਪਏ, ਪਰ ਲੇਕਿਨ ਸਾਹਮਣੇ ਸੀਸੀਟੀਵੀ ਕੈਮਰਾ ਲੱਗਿਆ ਵਾ, ਜਦੋਂ ਉਹਦੀਆਂ ਫੋਟੋ ਦੇਖੀਆਂ ਅਸੀਂ ਸਵੇਰ ਨੂੰ, ਤੇ ਉਹਦੇ ਵਿੱਚ ਪਤਾ ਲੱਗਿਆ ਏ ਕਿ ਤੇਂਦੂਆ ਇੱਥੋਂ ਆਉਂਦਾ ਏ, ਇੱਥੋਂ ਛਲਾਂਗ ਲਗਾ ਕੇ ਫਿਰ ਵਾਪਸ ਇੱਥੇ ਗਾਈ ਤੇ ਪੈਂਦਾ ਏ, ਫਿਰ ਮੁੜ ਕੇ ਉਹ ਸਾਡੇ ਘਰ 'ਚ ਜਾਂਦਾ ਏ। ਮਤਲਬ 2 ਦਿਨ ਲਗਾਤਾਰ ਦੀ ਉਹਦੀ ਇਹੀ ਰਿਪੋਰਟ ਹੈ ਜੀ, ਸਾਨੂੰ ਤਦ ਪਤਾ ਲੱਗਿਆ ਵੀ ਸਾਡੇ ਘਰ 'ਚ। ਸੋ ਨੰਗਲ ਭਾਖੜਾ ਮੁੱਖ ਮਾਰਗ ਤੇ ਆਰੇ ਵਾਲੀ ਗਲੀ ਦੇ ਵਿੱਚ ਕੱਲ ਰਾਤ ਤੇਂਦੂਆ ਦੇਖਿਆ ਗਿਆ, ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਕੈਦ ਹੋ ਗਈਆਂ। ਸੀਸੀਟੀਵੀ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੁਸੀਂ ਦੇਖ ਸਕਦੇ ਹੋ, ਤੇ ਇਹਨਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਹੀ ਤਸਵੀਰਾਂ ਕੈਦ ਹੁੰਦੀਆਂ, ਜਿਸ ਨੂੰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸੀਸੀਟੀਵੀ ਫੁਟੇਜ ਵੀ। ਉਸ ਤੋਂ ਬਾਅਦ ਇਹ ਸੀਸੀਟੀਵੀ ਫੁਟੇਜ ਨੂੰ ਦੇਖ ਕੇ ਸਥਾਨਕ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਤਮਾਮ ਜਾਣਕਾਰੀਆਂ ਇਸ ਸਥਾਨਕ ਕਲੋਨੀ ਦੇ ਵਾਸੀਆਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ, ਔਰ ਜਿੱਥੇ ਉਹਨਾਂ ਨੇ ਨਗਰ ਕੌਂਸਲ ਨੂੰ ਜੰਗਲ ਨੂੰ ਵੀ ਝਾੜੀਆਂ ਨੂੰ ਕਟਾਉਣ ਦੀ ਬੇਨਤੀ ਕੀਤੀ ਹੈ, ਉੱਥੇ ਹੀ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਜਲਦ ਰਹਿਸ਼ੀ ਕਲੋਨੀ ਦੇ ਵਿੱਚ ਪਿੰਜਰਾ ਲਗਾ ਕੇ ਤੇਂਦੂਏ ਨੂੰ ਫੜਿਆ ਜਾਵੇ ਅਤੇ ਇਸ ਡਰ ਭੈ ਦੇ ਮਾਹੌਲ ਨੂੰ ਖਤਮ ਕੀਤਾ ਜਾਵੇ। ਕੈਮਰਾਮੈਨ ਜਪਪ੍ਰੀਤ ਸਿੰਘ ਦੇ ਨਾਲ ਸੁਪਿੰਦਰ ਜੱਜੀ, ਦੈਨਿਕ ਸਵੇਰਾ ਟੀਵੀ, ਨੰਗਲ ਡੈਮ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।